ਸਤਿ ਸ਼੍ਰੀ ਅਕਾਲ ਦੋਸਤੋ, 135 ਜਿਹੜਾ ਫੁੱਲ ਬਾਈਕ ਆਪਾਂ ਰੀਸਟੋਰ ਕਰਦੇ ਪਏ ਸੀ ਉਹ ਬਾਈਕ ਹੈ ਅਤੇ ਇਹਦੇ 'ਚ ਕਾਫੀ ਚੀਜ਼ਾਂ ਆਪਾਂ ਬਿਲਕੁਲ ਬ੍ਰੈਂਡ ਨਿਊ ਹੀ ਪਾਈਆਂ, ਕੁਛ ਨਵੇਂ ਤਰੀਕੇ ਨਾਲ ਵੀ ਕੰਮ ਕੀਤੇ ਹੈ। ਠੀਕ ਹੈ, ਕਿਉਂਕਿ ਇਹਦਾ 'ਚ ਫਿਊਲ ਟੈਂਕ ਜ਼ਿਆਦਾਤਰ ਜੰਗ ਲੱਗ ਜਾਂਦੀ ਹੈ, ਫਿਊਲ ਟੈਂਕ ਆਪਾਂ ਨਵਾਂ ਹੀ ਪਾਇਆ ਪੇਂਟ ਕਰਵਾ ਕੇ, ਅਤੇ ਆਹ ਸਾਈਡ ਪੈਨਲ ਕਰੈਕ ਹੋ ਜਾਂਦੇ ਆ ਫਾਈਬਰ ਦੇ ਜਾਂ ਪਲਾਸਟਿਕ ਦੇ। ਠੀਕ ਹੈ, ਇਹ ਆਪਾਂ ਅਲਮੀਨੀਅਮ ਦੇ ਹੀ ਪਾਏ ਆ, ਮਤਲਬ ਕਿ ਐਨ ਪ੍ਰੋਪਰ ਖੋਲ੍ਹਣ ਦਾ ਕੋਈ ਉਹ ਨਹੀਂ, ਇੱਕ ਹੱਥ ਨਾਲ ਸਿੰਗਲ ਹੱਥ ਨਾਲ ਖੁੱਲ੍ਹਦੇ ਆ, ਕੋਈ ਉਹ ਨਹੀਂ, ਬਿਲਕੁਲ ਐਨ ਪਰਫੈਕਟ ਫਿਟਿੰਗ ਹੈ। ਅਤੇ ਇਸ ਤੋਂ ਇਲਾਵਾ ਇਹਦੇ ਸਲੰਸਰ ਦੇ ਵਿੱਚ ਇੱਥੇ ਬੜੀ ਜੰਗ ਲੱਗ ਜਾਂਦੀ ਹੈ, ਕਰੋਮ ਕਰਨ ਤੋਂ ਬਾਅਦ ਵੀ ਇੱਥੇ ਜੰਗ ਲੱਗ ਜਾਂਦੀ ਹੈ, ਇਹਦਾ ਵੀ ਪੱਕਾ ਸਲਿਊਸ਼ਨ ਕੀਤਾ ਇੱਥੇ, ਜੰਗ ਨਹੀਂ ਲੱਗੂਗੀ। ਅਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਪਾਵਾਂਗੇ ਅਲੱਗ ਤੋਂ, ਕਿਉਂਕਿ ਇਹਦੇ ਵਾਸਤੇ ਬਾਈਕ ਮੈਨੂੰ ਚੈਸੀ ਖੋਲ੍ਹੀ ਵੀ ਹੋਣੀ ਚਾਹੀਦੀ ਸੀ, ਨਹੀਂ ਮੈਂ ਉਹ ਵੀਡੀਓ ਪਾ ਦਿੰਦਾ। ਅਤੇ ਇਹਦੇ 'ਚ ਨਾ ਇੱਕ ਸਪੈਸ਼ਲ ਕੀਤਾ ਵੀ ਜਿਹੜਾ ਫੁੱਟ ਰੈਸਟ ਹੈ ਹਿਲਦੇ ਰਹਿੰਦੇ ਆ, ਇੱਦਾਂ ਬਬਲਿੰਗ ਜੀ ਕਰਦੇ ਰਹਿੰਦੇ ਆ, ਅਤੇ ਉਹ ਵੀ ਆਪਾਂ ਇਹਦਾ ਸਪੈਸ਼ਲ ਕੀਤਾ, ਉਹ ਕਦੇ ਇਹ ਵੀ ਹਿੱਲਣਗੇ ਨਹੀਂ। ਅਤੇ ਪੇਂਟ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਅਤੇ ਬਾਈਕ ਦੀ ਸਟੈਂਡਿੰਗ ਕਿੱਦਾਂ ਦੀ ਲੱਗੀ ਤੁਹਾਨੂੰ, ਸਾੜੀ ਗਾਰਡ ਵੀ ਲਾਇਆ ਇਹਨੂੰ, ਅਤੇ ਆਹ ਦੇਖੋ ਸਾਈਡ ਪੈਨਲ ਦੀ ਫਿਟਿੰਗ ਦੇਖੋ, ਟੂਟੀਅਲ ਲੈਂਸ ਐਨ ਪ੍ਰੋਪਰ ਵਿੱਚ ਨਹੀਂ ਹੈ, ਇਹ ਜਿਹੜੇ ਆਮ ਟਾਪੇ ਆਫਟਰ ਮਾਰਕੀਟ ਮਿਲਦੇ ਆ ਉਹ ਬਿਲਕੁਲ ਇਹ ਚੀਜ਼ ਸਹੀ ਨਹੀਂ ਹੁੰਦੀ, ਉਹਨਾਂ ਦੀ ਮਾੜਾ ਮੋਟਾ ਇੱਧਰ ਉੱਧਰ ਹੋਈ ਜਾਂਦੇ ਨੇ। ਅਤੇ ਮੋਨੋਗ੍ਰਾਮ ਦੀ ਫਿਟਿੰਗ ਦੇਖੋ ਐਨ ਸਹੀ ਆਈ ਹੋਈ ਹੈ, ਅਤੇ ਜ਼ਿਆਦਾਤਰ ਇਹਦੇ 'ਚ ਐਲਕੀ ਬੋਲਟ ਹੀ ਲੱਗੇ ਨੇ, ਮਤਲਬ ਕਿ ਕੋਈ ਉਹ ਜਗ੍ਹਾ ਹੈ ਜਿੱਥੇ ਨਹੀਂ ਲੱਗੇ, ਤਕਰੀਬਨ XL ਹੀ ਹੈ ਸਮਝ ਲਓ, ਜਿਹੜੇ ਮੇਨ ਲੰਬੇ ਇੰਜਨ ਦੇ ਐਕਸਲ ਹੋ ਗਏ, ਮੇਨ ਐਕਸਲ ਹੋ ਗਏ, ਉਹ ਮਤਲਬ ਕਿ ਉਹ ਐਲਕੀ ਨਹੀਂ ਲੱਗੇ, ਨਹੀਂ ਤਕਰੀਬਨ ਜਿੱਥੇ ਵੀ ਨਟ ਸੀਗਾ ਸਭ ਆਪਾਂ ਐਲਕੀ ਹੀ ਲਾਏ ਨੇ। ਆਹ ਦੇਖੋ ਲੱਗੜ ਤੱਕ ਨੂੰ ਵੀ ਆਪਾਂ ਐਲਕੀ ਬੋਲਟ ਲਾਏ ਨੇ। ਮੀਟਰਾਂ ਦੀ ਫਿਟਿੰਗ ਦੇਖੋ, ਅਤੇ ਡਿਸਕ ਬ੍ਰੇਕ ਇਹਦੇ 'ਚ ਪਹਿਲਾਂ ਲੱਗੀ ਹੋਈ ਸੀ ਆਪਣਾ ਪਲਸਰ ਦੀ, ਅਤੇ ਉਹੀ ਇਹਦੇ 'ਚ ਫਿੱਟ ਕੀਤੀ ਹੈ। ਅਤੇ ਇਸ ਤੋਂ ਇਲਾਵਾ ਹੋਰ ਕਾਫੀ ਚੀਜ਼ਾਂ ਦੇ 'ਚ ਬਰੀਕ ਬਰੀਕ ਬਹੁਤ ਕੰਮ ਇਹਦੇ ਹੋਏ ਨੇ। ਅਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਓਕੇ, ਧੰਨਵਾਦ।